ਮਿਲਦੇ ਹੈ ਭਾਈ ਮਰਦਾਨੇ ਨੂੰ ਮਿਲਿਆ। ਭਾਈ ਮਰਦਾਨਾ ਪਿਛਲੇ ਜਨਮ ਵਿੱਚ ਖਾਲਸਾ ਜੀ ਬੜੀ ਤਪੱਸਿਆ ਕਰਨ ਵਾਲਾ ਸੀ, ਕਾਨਪੁਰ ਵਿੱਚ ਰਹਿੰਦਾ ਸੀ, ਬਹੁਤ ਤਪੱਸਿਆ ਕਰਨ ਵਾਲਾ ਸਾਧੂ ਸੀ। ਪਰ ਇੱਕ ਐਸਾ ਸਮਾਂ ਆ ਗਿਆ ਭਾਈ ਮਰਦਾਨੇ ਨੂੰ ਨਮੂਨੀਆ ਦੀ ਬਿਮਾਰੀ ਹੋ ਗਈ, ਠੰਡ ਲੱਗ ਗਈ। ਜਿਹੜਾ ਇਹਦਾ ਗੜਵਈ ਸੀ ਉਹਨੇ ਬਹੁਤੀ ਠੰਡ ਲੱਗੀ ਸਰੀਰ ਦੀ ਬੇਹੋਸ਼ੀ ਸਮਝ ਕੇ ਬਰਾਂਡੀ ਪਿਆ ਦਿੱਤੀ। ਕਈ ਕਾਜ ਵੀ ਸ਼ਕੀਨ ਐਸੇ ਮਿਲ ਜਾਂਦੇ ਹੈ, ਕਿਸੇ ਨੂੰ ਠੰਡ ਲੱਗ ਜਾਵੇ ਬਾਬਾ ਜੀ ਘੁੱਟ ਕੁ ਪੀਰਾ ਠੰਡ ਹਟ ਜੂ। ਆਹ ਮਰਦਾਨੇ ਵੱਲ ਚੇਤਾ ਰੱਖਣਾ ਚਾਹੀਦਾ, ਖਾਲਸਾ ਜੀ ਕੀ ਹੋਇਆ ਇਹਦੇ ਨਾਲ। ਭਾਈ ਮਰਦਾਨੇ ਨੂੰ ਠੰਡ ਲੱਗੀ, ਬਰਾਂਡੀ ਪਿਆ ਦਿੱਤੀ, ਸਰੀਰ ਚੜ੍ਹਾਈ ਕਰ ਗਿਆ। ਉਹ ਸ਼ਰਾਬ ਪੀਣ ਦੇ ਕਾਰਨ ਖਾਲਸਾ ਜੀ ਨੂੰ ਡੂਮਾ ਦੇ ਘਰੇ ਜੰਮਣਾ ਪਿਆ, ਮਰਾਸੀਆਂ ਦੇ ਮੁਸਲਮਾਨਾਂ ਦੇ ਘਰੇ ਜੰਮਣਾ ਪਿਆ। ਪਰ ਪਿਛਲੀ ਤਪੱਸਿਆ ਦਾ ਸਦਕਾ ਨਨਕਾਣਾ ਸਾਹਿਬ ਚ ਜਨਮ ਹੋ ਗਿਆ। ਅਕਾਲ ਪੁਰਖ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਰਗੁਣ ਵਿੱਚ ਗੁਰੂ ਕੇ ਪਿਆਰੇ ਨੂੰ ਮਿਲਾਪ ਹੋਇਆ ਹੈ। ਪਿਛਲੇ ਜਨਮ ਵਿੱਚ ਗੜਵਈ ਦੀ ਕੁਰੀਤੀ ਦੇ ਕਾਰਨ, ਸ਼ਰਾਬ ਪੀਣ ਦੇ ਕਾਰਨ ਉਹਦਾ ਫਲ ਭੁਗਤਣ ਵਾਸਤੇ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਹੈ ਉਹਨਾਂ ਦੇ ਘਰੇ ਜਨਮ ਲੈਣਾ ਪਿਆ। ਪਰ ਭਗਤੀ ਦੇ ਕਾਰਨ ਖਾਲਸਾ ਜੀ ਵਿਛੜੇ ਹੋਏ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਨੇ ਮੇਲ ਕੇ ਇਹਦੀ ਕਲਿਆਣ ਕੀਤੀ।